ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਦੇਸ਼ ਪ੍ਰਦੇਸ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਮੈਂ ਕਵਿਤਾ ਸਿੰਘ ਹਾਜ਼ਰ ਅਤੇ ਨਾਲ ਹੀ ਸਾਡੇ ਵਾਸਤੇ ਸਟੱਡੀ ਵੀਜ਼ਾ ਐਕਸਪਰਟ ਸਾਡੇ ਨਾਲ ਜੋ ਦੇਣਗੇ ਜੀ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬ। ਕਾਲ ਕਰ ਸਕਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਅਤੇ ਨਾਲ ਸਾਡੇ ਯੂਟਿਊਬ ਚੈਨਲ ਦੇ ਉੱਪਰ ਵੀ ਤੁਸੀਂ ਸਾਡਾ ਇਹ ਪ੍ਰੋਗਰਾਮ ਦੇਖ ਸਕਦੇ ਹੋ ਜੀ, ਆਪਣੀਆਂ ਪ੍ਰੋਫਾਈਲਸ ਡਿਸਕਸ ਕਰ ਸਕਦੇ ਹੋ। ਅਤੇ ਦੇਸ਼ ਪ੍ਰਦੇਸ ਲਾਈਵ ਦਾ ਇਹ ਮੰਚ ਅਸੀਂ ਅਕਸਰ ਲੈ ਕੇ ਹਾਜ਼ਰ ਹੁੰਦੇ ਹਾਂ ਜੀ ਸਾਡੇ ਸਾਰੇ ਉਹਨਾਂ ਦਰਸ਼ਕਾਂ ਦੇ ਵਾਸਤੇ ਅਤੇ ਖਾਸ ਤੌਰ 'ਤੇ ਸਟੂਡੈਂਟਸ ਦੇ ਵਾਸਤੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ। ਸੋ ਪੜ੍ਹਾਈ ਦੇ ਤੌਰ 'ਤੇ ਕਿੱਦਾਂ ਅਸੀਂ ਅੱਗੇ ਵਧਣਾ ਹੁੰਦਾ ਜੀ, ਸਟੈਪ ਬਾਏ ਸਟੈਪ, ਇਹੀ ਸਾਨੂੰ ਦੱਸਦੇ ਨੇ ਸਾਡੇ ਐਕਸਪਰਟ। ਅਤੇ ਅੱਜ ਸਾਡੇ ਨਾਲ ਨੇ ਜੀ ਮਿਸਟਰ ਬਨੀ ਫਿਊਚਰ ਵਿੰਗਸ ਤੋਂ ਸਾਡੇ ਨਾਲ। ਹੈਲੋ ਜੀ, ਵੈਲਕਮ ਟੂ ਦੀ ਸ਼ੋਅ। ਸਤਿ ਸ਼੍ਰੀ ਅਕਾਲ। ਸੋ ਸਾਡੇ ਸਟੂਡੈਂਟ ਜੀ, ਕਾਲ ਕਰਨ ਦਾ ਮੌਕਾ ਅਸੀਂ ਤੁਹਾਨੂੰ ਦੇ ਰਹੇ ਹਾਂ ਅਤੇ ਨੰਬਰ ਦੇ ਉੱਤੇ ਨਾਲ ਤੁਹਾਡਾ ਕਾਲ ਕਰਕੇ ਆਪਣਾ ਸਵਾਲ ਡਿਸਕਸ ਕਰਨਾ ਹੈਗਾ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੈ। ਤੁਸੀਂ 2015 ਪੜ੍ਹੇ ਹੋ, 16 ਪੜ੍ਹੇ ਹੋ, 17 ਪੜ੍ਹੇ ਹੋ, ਜਿਹੜੇ ਵੀ ਸਾਲ ਆਪਣੀ ਤੁਸੀਂ ਪੜ੍ਹਾਈ ਪੂਰੀ ਕੀਤੀ ਹੈ, ਘੱਟ ਤੋਂ ਘੱਟ 12 ਜੇ ਪੜ੍ਹੇ ਹੋ ਤਾਂ ਜ਼ਰੂਰ ਤੁਹਾਡੇ ਕੋਲ ਮੌਕਾ ਹੋਏਗਾ ਸੀ। ਬਟ ਹਾਂ, ਉਸ ਯਾਨੀ ਕਿ ਜੋ ਗੈਪ ਹੈਗਾ 15 ਤੋਂ ਬਾਅਦ ਦਾ ਜਾਂ 16, 17, 18 ਜਦੋਂ ਵੀ ਤੁਸੀਂ ਪੜ੍ਹਾਈ ਕੰਪਲੀਟ ਕੀਤੀ ਹੈ, ਉਸ ਤੋਂ ਬਾਅਦ ਦਾ ਵੀ ਨੈਕਸਟ ਜ਼ਰੂਰ ਦੱਸ ਦਿਆ ਕਰੋ, ਜਿਹਦੇ ਵਿੱਚ ਕਿ ਹੈਲਪ ਹੋ ਜਾਂਦੀ ਹੈ ਜਿਸ ਤੱਕ ਮੈਂ ਕਹਿ ਰਹੀ ਹਾਂ। ਰਾਈਟ ਬਨੀ ਜੀ, ਮੈਂ ਬੇਸਿਕਲੀ ਦੇਖੋ ਅਕੋਰਡਿੰਗ ਟੂ ਪ੍ਰੋਫਾਈਲ ਹੀ ਹੈ ਕਿ ਜੇ ਆਪਾਂ ਬੈਸਟ ਆਪਸ਼ਨ ਦੇ ਸਕਦੇ ਹਾਂ। ਜੇ ਕਿਸੇ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਹਦੇ ਲਈ ਬਹੁਤ ਵੇਜ਼ ਨੇ ਅੱਗੇ ਜਾ ਕੇ ਕਿਸੇ ਵੀ ਕੰਟਰੀ 'ਚ ਉਹਨੇ ਅਪਲਾਈ ਕਰਨਾ, ਅਕੋਰਡਿੰਗ ਟੂ ਜੋ ਉਹਨਾਂ ਦੀ ਪ੍ਰੀਵੀਅਸ ਸਟੱਡੀ ਹੁੰਦੀ ਹੈ ਪਲੱਸ ਉਹਨਾਂ ਦਾ ਐਕਸਪੀਰੀਅੰਸ ਹੁੰਦਾ, ਠੀਕ ਹੈ, ਉਸ ਅਕੋਰਡਿੰਗ ਅੱਗੇ ਜਾ ਕੇ ਕੋਰਸਿਸ ਬੱਚਾ ਲੈ ਸਕਦਾ, ਉਹ ਆਪਟ ਕਰ ਸਕਦਾ, ਚਾਹੇ ਉਹਨਾਂ ਦਾ ਜਿੰਨਾ ਵੀ ਗੈਪ ਹੋਵੇ ਆਲਰੇਡੀ। ਔਰ ਜੇ ਕੋਈ ਬੱਚਾ 12th ਤੋਂ ਬਾਅਦ ਅਪਲਾਈ ਕਰ ਰਿਹਾ ਉਹਦੇ ਵਿੱਚ ਜਾ ਕੇ ਪ੍ਰੋਬਲਮਸ ਆਉਂਦੀਆਂ ਨੇ, ਜੋ ਮੇਨ ਮੇਨ ਕੰਟਰੀਜ਼ ਹੈ ਨੇ ਉੱਥੇ ਉਹ ਗੈਪ ਜਦੋਂ ਐਕਸੈਪਟ ਕਰਨਾ ਹੁੰਦਾ ਉਸਦੇ ਵਿੱਚ ਪਰਟੀਕੁਲਰ ਆਪਣੇ ਕੋਲ ਰੀਜ਼ਨਸ ਹੋਣੇ ਚਾਹੀਦੇ ਨੇ, ਹਨਾ। ਬਟ ਇੰਨਾ ਸਾਰਾ ਗੈਪ ਜਿਹੜਾ ਉਹ ਜਸਟੀਫਾਈ ਲਾਈਕ ਉਹ ਐਕਸੈਪਟ ਵੀ ਨਹੀਂ ਕਰਦੇ, ਰਾਈਟ? 12th ਤੋਂ ਬਾਅਦ ਦੇਖੋ ਬੇਸਿਕਲੀ ਵੀ ਪਾਸ ਆਊਟ ਹੈ ਜੇ ਕੋਈ ਬੱਚਾ, ਦੈਨ ਉਹ ਐਵੀਡੈਂਸ ਦੇ ਨਾਲ ਹਨਾ ਅੱਗੇ ਕੁਝ ਡਾਕੂਮੈਂਟੇਸ਼ਨ ਪ੍ਰੈਜ਼ੈਂਟ ਕਰ ਸਕਦਾ ਹੈ। ਹੋ ਸਕਦਾ ਕਿਸੇ ਬੱਚੇ ਦੇ 18-19 ਵੀ ਪਾਸ ਆਊਟ ਹੋਊਗਾ ਐਂਡ ਬਟ ਉਹ ਆਪਣੇ ਪੇਰੈਂਟਸ ਨੂੰ ਉਹਨਾਂ ਦੇ ਬਿਜ਼ਨਸ ਦੇ ਵਿੱਚ ਹੈਲਪ ਕਰ ਰਿਹਾ, ਦੈਨ ਉਹ ਐਵੀਡੈਂਸਿਸ ਜੇ ਬੱਚੇ ਕੋਲ ਹੈ ਨੇ ਦੈਨ ਉਹ ਵੀ ਪ੍ਰੋਵਾਈਡ ਕਰ ਸਕਦਾ। ਸੋ ਅਕੋਰਡਿੰਗ ਟੂ ਪ੍ਰੋਫਾਈਲ ਹੈ, ਜਿੱਦਾਂ ਦਾ ਪ੍ਰੋਫਾਈਲ ਹੋਊਗਾ ਉਸ ਅਕੋਰਡਿੰਗ ਹੀ ਅਪਲਾਈ ਕਰੋਗੇ, ਤੁਹਾਡਾ ਕੱਲ੍ਹ ਪੈਸਾ ਵੱਧਦਾ, ਟਾਈਮ ਵੱਧਦਾ, ਹੈਰਸ ਨਹੀਂ ਹੋਊਗੇ ਕਿ ਕੱਲ੍ਹ ਜਾ ਕੇ ਬੱਚਾ ਅਪਲਾਈ ਕਰ ਲਿਆ ਉਹਨੇ ਕੈਨੇਡਾ ਕਰ ਲਿਆ, ਦੈਨ ਉਸ ਤੋਂ ਬਾਅਦ 3-4 ਮਹੀਨੇ ਬਾਅਦ ਰਿਫਿਊਜ਼ਲ ਆ ਗਈ, ਦੈਨ ਕਿਸੇ ਹੋਰ ਕੰਟਰੀ ਵੱਲ ਦੇਖੂਗਾ। ਸੋ ਪਹਿਲਾਂ ਹੀ ਆਪਣਾ ਇੱਕ ਮਾਇੰਡ ਪ੍ਰਪੇਅਰ ਕਰੋ ਕਿ ਕਿਹੜੀ ਕੰਟਰੀ ਦੇ ਲਈ ਤੁਹਾਡਾ ਪ੍ਰੋਫਾਈਲ ਐਲੀਜੀਬਲ ਹੈ, ਉਸ ਅਕੋਰਡਿੰਗ ਹੀ ਅਪਲਾਈ ਕਰੋਗੇ, ਜਲਦੀ ਰਿਜ਼ਲਟ ਆਊਗਾ, ਪੋਜ਼ਿਟਿਵ ਰਿਜ਼ਲਟ ਆਊਗਾ। ਬਾਕੀ ਜੇ ਕੋਈ ਬੱਚਾ 12th ਵਾਲਾ ਹੈ ਜਿਹੜੇ ਬੱਚੇ ਦਾ ਗੈਪ ਬਹੁਤ ਜ਼ਿਆਦਾ ਹੋ ਚੁੱਕਿਆ, ਐਵੀਡੈਂਸਿਸ ਵੀ ਨਹੀਂ ਗਏ, ਦੈਨ ਉਹਨਾਂ ਲਈ ਸ਼ੈਨੀਗਨ ਆਪਸ਼ਨਸ ਹੈ ਨੇ ਅੱਜ ਦੇ ਟਾਈਮ ਦੇ ਵਿੱਚ। ਜੇ ਕੋਈ ਸ਼ੈਨੀਗਨ ਅਪਲਾਈ ਕਰਨਾ ਚਾਹੁੰਦਾ ਦੈਨ ਉਹ ਆਪਸ਼ਨ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ। 12th 2015-16-17 ਦੇ ਵਿੱਚ ਵੀ ਕੀਤੀ ਹੈ, ਦੈਨ ਕੋਈ ਇਸ਼ੂ ਨਹੀਂ ਹੈ। ਐਂਡ ਜੋ ਖਰਚਾ ਹੈ ਉਹਦਾ ਉਹ ਵੀ ਆਫਟਰ ਵੀਜ਼ਾ ਬੱਚਾ ਪੇ ਕਰ ਸਕਦਾ, ਤਾਂ ਇਹ ਇੱਕ ਨਵਾਂ ਆਪਸ਼ਨ ਹੈ ਜੋ ਬੱਚੇ 12th ਤੋਂ ਬਾਅਦ ਬਹੁਤ ਜ਼ਿਆਦਾ ਗੈਪ ਹੋ ਚੁੱਕਿਆ। ਬਟ ਕੈਨੇਡਾ ਜੇ ਤੁਸੀਂ ਕਹੋਗੇ, ਆਸਟ੍ਰੇਲੀਆ ਔਰ UK ਇੱਦਾਂ ਦੀ ਕੰਟਰੀ ਦੇ ਵਿੱਚ ਇੰਨੇ ਗੈਪ ਦੇ ਨਾਲ ਅਪਲਾਈ ਕਰ ਲਓਗੇ ਉਹ ਪੋਸੀਬਲ ਨਹੀਂ ਹੈ। ਬਟ ਕੁਛ ਇੱਦਾਂ ਦੀਆਂ ਆਪਸ਼ਨਸ ਹੈ ਨੇ ਜਿੱਥੇ 12th ਵਾਲਾ ਬੱਚਾ ਵਿਦ ਗੈਪ ਵੀ ਅਪਲਾਈ ਕਰ ਸਕਦਾ, ਤਾਂ ਉੱਥੇ ਸ਼ਾਰਟ ਸ਼ਾਰਟ ਦੀ ਆਪਸ਼ਨਸ ਵੀ ਹੈ ਨੇ ਕਿ ਬੱਚੇ ਨੂੰ ਆਰਾਮ ਨਾਲ ਉੱਥੇ ਕੇਸ ਉਹਨਾਂ ਦਾ ਥਰੂ ਹੋ ਜਾਊਗਾ। ਇਹ ਯੂਰਪ ਤੁਸੀਂ ਕਹਿ ਰਹੇ ਹੋ ਜੀ, ਸ਼ੈਨਿਗਨ ਦੇ ਵਿੱਚ ਬੇਸਿਕਲੀ 26 ਕੰਟਰੀਜ਼ ਆ ਜਾਂਦੀਆਂ ਨੇ, ਹਨਾ। ਤਾਂ ਜੇ ਬੱਚਾ ਉੱਥੇ ਜਾਂਦਾ ਹੈ ਦੈਨ ਉਹ 26 ਕੰਟਰੀ ਚ ਕਿਤੇ ਵੀ ਮੂਵ ਕਰ ਸਕਦਾ ਹੈ। ਸ਼ੈਨਗਨ ਦੇ ਵਾਸਤੇ ਵੀ ਆਈਲਟਸ ਜ਼ਰੂਰੀ ਹੈ? ਦੇਖੋ ਓਵਰਆਲ 6 ਬੈਂਡ ਹੋਣਗੇ, ਦੈਨ ਇਟਸ ਬੈਸਟ ਕਿ ਆਪਾਂ ਕੇਸ ਨੂੰ ਬਹੁਤ ਜਲਦੀ ਥਰੂ ਕਰ ਸਕਦੇ ਹਾਂ, ਤਾਂ ਆਈਲਟਸ ਮੈਂਡੇਟਰੀ ਪਾਰਟ ਹੈ। ਬਟ ਗੈਪ ਪੈ ਚੁੱਕਿਆ, ਹੋ ਸਕਦਾ ਕਿਤੇ ਜੋਬ ਲੱਗ ਗਏ, ਕੋਈ ਫਾਈਨੈਂਸ਼ੀਅਲ ਪ੍ਰੋਬਲਮ ਸੀ ਜਾਂ ਕੁਛ ਸੀ, ਦੈਨ ਉਸ ਅਕੋਰਡਿੰਗ ਜੇ ਅੱਗੇ ਹੁਣ ਬੱਚਾ ਆਪਣੀ ਸਟੱਡੀ ਦੁਬਾਰਾ ਸਟਾਰਟ ਕਰਨਾ ਚਾਹੁੰਦਾ ਹੈ, ਦੈਨ ਉਹਨਾਂ ਲਈ ਇੱਕ ਅੱਛਾ ਆਪਸ਼ਨ ਹੈ ਕਿ ਉਹ ਸ਼ੈਨੀਗਨ ਮੂਵ ਕਰ ਜੇ ਜੀ। ਸੋ ਸ਼ੈਨੀਗਨ ਦੇ ਵਾਸਤੇ ਵੀ ਤੁਹਾਡੇ ਕੋਲ ਆਪਸ਼ਨ ਜ਼ਰੂਰ ਹੈਗੀਆਂ ਨੇ। ਸ਼ੈਨੀਗਨ ਦਾ ਵੈਸੇ ਹੁਣ ਡੇਟਸ ਵਗੈਰਾ ਮਿਲ ਰਹੀਆਂ ਨੇ, ਅਪੁਆਇੰਟਮੈਂਟ ਵਗੈਰਾ ਐਂਡ ਇੰਟਰਵਿਊ ਨੂੰ ਲੈ ਕੇ? ਦੇਖੋ ਬੇਸਿਕਲੀ ਕੁਛ ਜਰਮਨ ਦੀ ਯੂਨੀਵਰਸਿਟੀਜ਼ ਹੈ ਨੇ ਉਹ ਖੁਦ ਅਪੁਆਇੰਟ ਕਰਵਾ ਕੇ ਦਿੰਦੇ ਨੇ, ਜਦੋਂ ਕਿਸੇ ਬੱਚੇ ਦੇ 10 ਬੱਚੇ ਜਿੱਦਾਂ ਸਪੋਜ਼ ਕਰੋ ਇੱਕ ਯੂਨੀਵਰਸਿਟੀ ਦੇ ਵਿੱਚ ਹੋ ਗਏ, ਉਹ ਇਕੱਠੇ ਇੱਕ ਸਲੋਟ ਬੁੱਕ ਕਰਦੇ ਨੇ, ਦੈਨ ਉਹ ਯੂਨੀਵਰਸਿਟੀ ਦੀ ਹੀ ਆਪਣੇ ਵੱਲੋਂ ਅਪੁਆਇੰਟਮੈਂਟ ਬੁੱਕ ਹੋਊਗੀ। ਬੱਚੇ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ ਕਿ ਬੱਚੇ ਨੇ ਖੁਦ ਅਪੁਆਇੰਟਮੈਂਟ ਲੈਣੀ ਹੈ। ਬਾਕੀ ਕੁਛ ਹੋਰ ਕੰਟਰੀਜ਼ ਨੇ ਉੱਥੇ ਕੋਈ ਪ੍ਰੋਬਲਮ ਨਹੀਂ ਹੈ, ਜਰਮਨ ਦੇ ਵਿੱਚ ਜ਼ਰੂਰ ਇੱਕ ਮਾਸਟਰਸ 'ਚ ਹਜੇ ਮਿਲ ਰਹੀਆਂ ਨੇ ਅਪੁਆਇੰਟਮੈਂਟ, ਠੀਕ ਹੈ, ਬੈਚਲਰ ਡਿਗਰੀ ਵਾਲਿਆਂ ਦੇ ਵੀ ਜਾਣੇ, ਬਾਕੀ ਅਦਰਵਾਈਜ਼ ਹੁਣ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ। ਤੁਸੀਂ ਜੇ ਸ਼ੈਨੀਗਨ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਦੈਨ ਤੁਸੀਂ
डायरेक्ट VFS जाके भी कॉन्टैक्ट कर सकते हो। प्रायोरिटी फीस 3,000 रुपये लेंगे ने इंडियन करंसी। दैन तुम जे सपोज करो कल अपॉइंटमेंट थोड़ी चाहिए, दैन तुम डायरैक्ट दिल्ली ही मिल रही है इस टाइम अपॉइंटमेंट, जो अपना नियर अबाउट पंजाब रीजन एरिया, दैन उसे 3,000 एक्सट्रा पे करो एंड थोड़ा टाइम स्लॉट भी नाल दी नाल ही मिल जूगा, सेम डे थोड़ी अपॉइंटमेंट फिक्स हो जूगी जी। सो यूरोप दे विच पढ़ाई करनी ते अपा कैनेडा जाने, ऑस्ट्रेलिया या UK जाने हैं, फर्क हैगा फीसा नू लेके पेमेंट नू लेके? देखो मैम फीसिस ऑलमोस्ट सेम ने, जो लिविंग कॉस्ट है वो भी ऑलमोस्ट सेम होंगी है, डिपेंड करता है जे सपोज करो कोई बच्चा यूरोप जा रहा है दैन उसका यूरो जो है वह 80 रुपए के अराउंड अबाउट है, वह जो पाउंड है दैन 100 रुपए के अराउंड अबाउट है, बट जो उन्हें वेजिज होने उन्हें घट जाएंगे है ना, लिविंग कॉस्ट जो होगी वह उन्नी ही रहनी है सेम। बट बेसिकली ये है कि थोड़ी प्रॉब्लम शैनिगन दे विच जाके की है कि जो स्टडी है वह तो थोड़ी इंग्लिश दे विच होगी, बट लोकल लैंग्वेजेस आ जांदियां ने जदों आपां शैनिगन मूव करदे आं, वह थोड़ी प्रॉब्लम है, बट जे गैप है बच्चे का उन्होंने एक अच्छा ऑप्शन है कि उत्थे मूव कर सकते हैं। बाकी अदरवाइज UK US न्यूजीलैंड ऑस्ट्रेलिया ये कंट्रीज तां फेमस ने क्योंकि इतने इंग्लिश बोलते हैं है ना। देखो उत्थे की है कि स्टूडेंट नूं उत्थे जाके प्रॉब्लम नहीं आती, बहुत जल्दी ग्रैब कर लंदा जे इंग्लिश इतने कितने वीक भी होंगी है क्योंकि वो पढ़ी हुई है आपां, ठीक है। सो उत्थे लोकल लैंग्वेज करके थोड़ी जी दिक्कत आ जांदी है, लोकल लैंग्वेज करके क्योंकि देखो सारी कंट्रीज दी अलग अलग लैंग्वेज है, उस अकॉर्डिंग थोड़ी जी प्रॉब्लम जरूर है, बट जो स्टडी होगी वह इंग्लिश दे विच ही होगी। कुछ बच्चे यूरोप जाने लई इंटरस्टेड वैसे भी होंगे, ओवरऑल 6 जे थोड़ा स्कोर है, 15 पास आउट हो 16 पास आउट हो इट डजंट मैटर, तुसी अप्लाई कर सकते हो एंड वीजा सक्सेस रेट बहुत अच्छा चल रहा है, फीसिस भी सारी आफ्टर वीजा ही जी। उथे दूसरे पास है UK, UK नू लेके कुछ की खास है इस वारी स्टूडेंट्स दे वास्ते तुहानू लगदा है कि हां जी ए भी वधिया एक स्टूडेंट्स दे वास्ते डेस्टिनेशन? UK बेसिकली लास्ट 6 महीने तो जे आपां ला के चलिए एक तो सक्सेस रेट बहुत अच्छा है, अज दे टाइम दे विच जे स्टूडेंट्स दी बाह फड़ी है तो UK ने ही फड़ी है, ठीक है ठीक है। जे आपां कैनेडा दी गल करिए वो भी बहुत स्लो है रिजल्ट नू लेके, ऑस्ट्रेलिया एक है ना मूव होया सी बच्चियां नू लग रहा सीगा कि शायद असी बहुत जल्दी हुण इत्थों है ना मूव कर सकते हैं ऑस्ट्रेलिया, बट ओ दा भी रिजल्ट हजे स्लो है, पॉजिटिव भी थोड़ी प्रॉब्लम है, जे डॉक्यूमेंट दे विच कितने प्रॉब्लम है बच्चे दे फाइनेंशियल्स नू लेके भी जे प्रॉब्लम है तां भी अज दे टाइम दे विच ऑस्ट्रेलिया दे विच थोड़ा जा केस निकलना थोड़ा मुश्किल है। सो प्लीज़ जेडे बच्चे UK करना चाहते ने, UK दे विच देखो बेस्ट ऑप्शन की ने थोड़े लिए, एक ता जो उत्थे मास्टर्स है वो 1 साल दी है, ठीक है, प्लस जो फीसिस है ने इनर लंडन दे विच भी 11,000 पाउंड मतलब 11 लाख फीस थोड़ी 1 साल दी, 2 साल दा पोस्ट स्टडी वर्क वीजा भी मिल रहा है, ठीक है। ओवरऑल 6 नॉट लेस देन 5.5 दे नाल तुसी जा सकदे हो, परसेंटेज 12th दे विच 70% है, देन तुसी विदाउट आइल्स कर सकते हो, विद स्पाउस कर सकते हो, विद बेबी कर सकते हो, तो बहुत ज़्यादा ऑप्शन है ने इस टाइम। बाकी सब तो मोस्ट इंपॉर्टेंट पार्ट की जो आप खज्जल हो रहे हैं अद्धे टाइम दे विच रिजल्ट बहुत जल्दी आ रहा है, 5-5 दिनों दे विच जे तुसी प्रायोरिटी फीस पे करते हो दैन थोड़ा रिजल्ट आ जाता है। सो बच्चों नू बहुत ज़्यादा वेट नहीं करनी पैंदी, टाइम ज़्यादा नहीं खराब होंदा, खज्जल खुआरी इन्नी ज़्यादा नहीं है, तुसी प्रायोरिटी फीस पे करते हो जल्दी रिजल्ट आ जाता है। सो ये बाकी कंट्रीज़ नू भी इदा ही करना चाहिए कि अपनी चाहे प्रायोरिटी फीस क्योंकि बच्चे देने नू रेडी ने, बट एम्बेसी दे वल्लों भी इदा होना चाहिए कि तुसी प्रायोरिटी फीसिस लो एंड रिजल्ट जो है जल्दी थ्रू हो जाए कि बच्चे खज्जल ना होने इस टाइम जी। सो फिलहाल साढ़े स्टूडेंट दे नाल नाल जी साढ़े जिहड़े दर्शक हैगे ने ओह भी जरूर एक बार कॉल कर सकते हैं, आई एम श्योर कि तुसी टूरिस्ट वीजा इन्वेस्टर वीजा दे विच फिलहाल इनविटेशन जिहड़े हैगे एक्सेप्ट कर रहे हो। देखो अगर कोई टूरिस्ट वीजा दे उत्ते चले है कोई होटल बुकिंग दे विच उत्थे प्रॉब्लम जरूर है, असी हजे वह नहीं प्रमोट कर रहे, बट अगर इनविटेशन है तो विजिटर वीजा हो जाता है कि तुसी किसी नू विजिट करन चले हो, ਤੁਹਾਡੇ ਕੋਲ ਇੱਕ ਪਰਪਸ ਹੈ ਜਾਣ ਦਾ ਉੱਥੇ ਹੈ ਨਾ ਕਿ ਕਿਉਂਕਿ ਕੋਵਿਡ ਦੀ ਸਿਚੁਏਸ਼ਨ ਤੋਂ ਵੈਸੇ ਹੀ ਆਪਾਂ ਉੱਭਰ ਰਹੇ ਹਾਂ ਹੈ ਨਾ, ਦੈਨ ਉਹ ਚੀਜ਼ਾਂ ਨੂੰ ਦੇਖਦੇ ਹੋਏ ਜੇ ਕਿਸੇ ਕੋਲ ਇਨਵੀਟੇਸ਼ਨ ਹੈ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਦੈਨ ਉਹ ਜ਼ਰੂਰ ਕਰ ਸਕਦਾ, ਇਸ ਟਾਈਮ ਸਕਸੈਸ ਰੇਟ ਵੀ ਅੱਛੀ ਹੈ, ਰਿਜ਼ਲਟ ਵੀ ਬਹੁਤ ਜਲਦੀ ਆ ਰਿਹਾ। ਸੋ ਜਿਹੜੇ ਬੱਚੇ ਆਪਣੇ ਪੇਰੈਂਟਸ ਨੂੰ ਮਿਲਣਾ ਚਾਹੁੰਦੇ ਨੇ ਉਹ ਇਨਵਾਈਟ ਕਰ ਸਕਦੇ ਨੇ, ਕਨਵੋਕੇਸ਼ਨ ਪਿਛਲੇ 2 ਸਾਲ ਤੋਂ ਨਹੀਂ ਹੋਈ ਸੀ ਤਾਂ ਉਹ ਕਨਵੋਕੇਸ਼ਨ ਲੈਟਰਸ ਆਉਣੇ ਸ਼ੁਰੂ ਹੋ ਗਏ, ਤਾਂ ਉਹ ਬੱਚਿਆਂ ਦੇ ਕਨਵੋਕੇਸ਼ਨ ਵੀ ਅਟੈਂਡ ਕਰ ਸਕਦੇ ਨੇ ਪੇਰੈਂਟਸ। ਬਾਕੀ ਕੋਈ ਹੋਰ ਓਕੇਜ਼ਨ ਹੈ
ਤਾਂ ਬਿਲਕੁਲ ਅਪਲਾਈ ਕਰ ਸਕਦੇ ਹੋ, ਰਿਜ਼ਲਟ ਬਹੁਤ ਜਲਦੀ ਆ ਰਿਹਾ ਜੀ। ਸੋ ਤੁਹਾਡੇ ਸਾਰਿਆਂ ਵਾਸਤੇ ਯਾਨੀ ਕਿ ਮੌਕਾ ਜ਼ਰੂਰ ਹੈਗਾ ਇਸ ਵਾਰੀ। ਸੋ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ ਖਾਸ ਤੌਰ 'ਤੇ ਜੇ ਹੁਣ ਸਵਾਲ ਹੈਗੇ ਨੇ ਤਾਂ ਜ਼ਰੂਰ ਡਿਸਕਸ ਕਰ ਲਓ। ਇੱਕ ਵਾਰੀ ਮੈਂ ਫਿਰ ਤੋਂ ਸਪਾਊਸ ਵੀਜ਼ਾ ਦੇ ਉੱਪਰ ਜ਼ਰੂਰ ਡਿਸਕਸ ਕਰਨਾ ਚਾਹੁੰਦੇ ਹਾਂ। ਸਪਾਊਸ ਤੁਸੀਂ ਕਿਹਾ ਨਾਲ ਜਾ ਸਕਦੇ ਹੋ, ਰਾਈਟ? ਅੱਛਾ, ਇੱਥੇ ਦੇਖ ਰਹੇ ਹਾਂ ਆਪਾਂ ਵੀ ਕਿੰਨਾ ਪੜ੍ਹਾਈ ਕੀਤੀ ਹੈਗੀ ਸਪਾਊਸ ਨੇ, ਜਾਂ ਕਿੰਨਾ ਵਿਆਹ ਪੁਰਾਣਾ ਹੈਗਾ। ਮੈਮ ਸਭ ਤੋਂ ਬੈਟਰ ਇੱਕ ਇਹ ਹੈ ਕਿ ਇੱਥੇ ਇੱਕ ਤਾਂ ਰੀਸੈਂਟ ਮੈਰਿਜ ਚੱਲ ਜਾਂਦੀ ਹੈ, ਨਹੀਂ ਆਸਟ੍ਰੇਲੀਆ ਜੇ ਤੁਸੀਂ ਅਪਲਾਈ ਕਰਨਾ ਦੈਨ ਇੱਕ ਸਾਲ ਪੁਰਾਣੀ ਮੈਰਿਜ ਚਾਹੀਦੀ ਹੈ, ਉਹ ਮੈਂਡੇਟਰੀ ਪਾਰਟ ਹੈ। ਬਟ ਯੂਕੇ ਦੇ ਵਿੱਚ ਬਿਲਕੁਲ ਰੀਸੈਂਟ ਮੈਰਿਜ ਚੱਲ ਜਾਂਦੀ ਹੈ। ਕੁਆਲੀਫਿਕੇਸ਼ਨ ਨੂੰ ਲੈ ਕੇ ਐਸ ਸੱਚ ਇਸ਼ੂ ਨਹੀਂ ਹੈ ਕਿ ਜੋ ਡਿਪੈਂਡੈਂਟ ਹੈ ਉਹਦੀ ਕਿੰਨੀ ਕੁਆਲੀਫਿਕੇਸ਼ਨ ਹੈ। ਠੀਕ ਹੈ, ਠੀਕ ਹੈ। ਜੇ ਆਸਟ੍ਰੇਲੀਆ ਜਾਂਦੇ ਹਾਂ 4 ਸਾਲ ਤੋਂ ਉੱਪਰ ਏਜ ਹੈ ਜੇ ਨਾਲ ਬੇਬੀ ਜਾ ਰਿਹਾ ਹੈ, ਦੈਨ ਉਹਦੇ ਵਿੱਚ ਉਹਦੀ ਫੀਸਿਸ ਐਂਡ ਉਹਦੇ ਲਿਵਿੰਗ ਕੋਸਟ ਵਗੈਰਾ ਸਾਰਾ ਕੁਝ ਹੀ ਚਾਹੀਦਾ ਹੁੰਦਾ। ਠੀਕ ਹੈ। ਐਂਡ ਪਲੱਸ ਉਹਦੀ ਜੋ ਟਿਊਸ਼ਨ ਫੀਸ ਹੈ ਉਹ ਬੱਚੇ ਦੀ ਵੀ ਪੇ ਕਰਨੀ ਮੈਂਡੇਟਰੀ ਹੈ। ਬਟ ਯੂਕੇ ਦੇ ਵਿੱਚ ਕੀ ਹੈ, ਤੁਸੀਂ ਸਿਰਫ ਲਿਵਿੰਗ ਕੋਸਟ ਸ਼ੋਅ ਕਰਨੀ ਹੈ, ਬੱਚਾ ਉੱਥੇ ਜਾਊਗਾ, ਐਡਮਿਸ਼ਨ ਤੁਸੀਂ ਉੱਥੇ ਜਾ ਕੇ ਦੇਖਣੀ ਹੈ। ਜ਼ਰੂਰੀ ਨਹੀਂ ਹੈ ਕਿ ਆਸਟ੍ਰੇਲੀਆ ਵਾਂਗੂ ਤੁਹਾਨੂੰ ਇੱਥੋਂ ਐਡਮਿਸ਼ਨ ਨਾਲ ਲੈ ਕੇ ਜਾਣੀ ਪਊਗੀ। ਅੱਛਾ, ਠੀਕ ਹੈ, ਠੀਕ ਹੈ। ਸੋ ਸਪਾਊਸ ਵੀ ਨਾਲ ਜਾ ਸਕਦੇ, ਬਟ ਮੇਨ ਐਪਲੀਕੈਂਟ ਕਿਹੜੀ ਪੜ੍ਹਾਈ ਦੇ ਉੱਤੇ ਜਾ ਰਿਹਾ ਫਿਰ? ਬੇਸਿਕਲੀ ਮਾਸਟਰਸ ਦੇ ਲਈ ਬੱਚਾ ਐਲੀਜੀਬਲ ਹੈ ਜੇ ਕਿਸੇ ਨੇ ਇੱਥੇ ਗ੍ਰੈਜੂਏਸ਼ਨ ਕੀਤੀ ਹੈ, ਉਹ ਹੀ ਆਪਣਾ ਸਪਾਊਸ ਨਾਲ ਲੈ ਕੇ ਜਾ ਸਕਦਾ। ਸੋ ਆਸਟ੍ਰੇਲੀਆ ਦੇ ਵਿੱਚ ਕੀ ਹੈ ਕਿ ਤੁਹਾਨੂੰ ਡਾਕੂਮੈਂਟੇਸ਼ਨ ਦੇ ਵਿੱਚ 1 ਸਾਲ ਪੁਰਾਣੀ ਮੈਰਿਜ ਔਰ ਪਲੱਸ ਮੈਰਿਜ ਪ੍ਰੂਫ ਬਹੁਤ ਜ਼ਿਆਦਾ ਸ਼ੋਅ ਕਰਨੇ ਪੈਂਦੇ। ਠੀਕ ਹੈ, ਨਾਲੇ ਫੰਡਸ ਵੀ ਜ਼ਿਆਦਾ ਚਾਹੀਦੇ ਨੇ ਤੁਹਾਨੂੰ। ਫੰਡਿੰਗ ਤਾਂ ਦੇਖੋ ਇੱਥੇ ਯੂਕੇ ਦੇ ਵਿੱਚ ਵੀ ਸ਼ੋਅ ਕਰਨੀ ਪਊਗੀ, ਬਟ ਇੱਥੇ ਡਾਕੂਮੈਂਟੇਸ਼ਨ ਆਪਾਂ ਨੂੰ ਇੰਨੀ ਜ਼ਿਆਦਾ ਨਹੀਂ ਚਾਹੀਦੀ। ਠੀਕ ਹੈ, ਜਸਟ 3-4 ਫੋਟੋਜ਼ ਤੁਸੀਂ ਨਾਲ ਅਟੈਚ ਕਰ ਦਿਓ, ਪਲੱਸ ਇੱਕ ਇੰਟੈਂਟ ਲੈਟਰ ਐਂਡ SOP ਜੋ ਬੱਚੇ ਦਾ ਜਾਊਗਾ ਉਹ ਤਾਂ ਜਾਊਗਾ ਹੀ ਜਾਊਗਾ। ਠੀਕ ਹੈ, ਪਲੱਸ ਇੱਕ ਲੈਟਰ ਹੋ ਗਿਆ ਕਿ ਉਹਨਾਂ ਦਾ ਰਿਲੇਸ਼ਨ ਪ੍ਰੂਫ ਬਰੀਫ ਹੋ ਜੇ, ਕਿ ਉਹ ਉਹਨਾਂ ਨੂੰ ਤੁਹਾਨੂੰ ਕਾਲ ਕਰਨ ਦੀ ਲੋੜ ਨਾ ਪਵੇ। ਇੰਟਰਵਿਊ ਤੁਸੀਂ ਕਹਿ ਰਹੇ ਹੋ? ਜੀ ਬੇਸਿਕਲੀ ਦੇਖੋ ਇਸ ਟਾਈਮ ਇੰਟਰਵਿਊਜ਼ ਨਹੀਂ ਗਈਆਂ, ਹੁਣ ਉਹ ਫਾਈਲਿੰਗ ਕਰਕੇ ਵੀ ਹੈ ਕਿ ਕੁਝ SOPs ਪਲੱਸ ਇੰਟੈਂਟ ਲੈਟਰ ਜੇ ਕਲੀਅਰ ਹੈ ਦੈਨ ਇੰਟਰਵਿਊ ਨਹੀਂ ਆਏਗਾ, ਚਾਹੇ ਆਈਐਲਟਸ ਕੀਤੀ ਹੈ ਚਾਹੇ ਨਹੀਂ ਕੀਤੀ। ਮੇਨ ਐਪਲੀਕੈਂਟ ਦੇਖੋ ਬੇਸਿਕਲੀ ਜੇ ਯੂਨੀਵਰਸਿਟੀ ਅਪਲਾਈ ਕਰ ਰਹੇ ਉਹਨੇ ਵੀ ਇੰਟਰਵਿਊ ਲੈਣਾ ਹੈ ਨਾ, ਦੈਨ ਕਾਸ ਲੈਟਰ ਆਉਣ ਤੋਂ ਪਹਿਲਾਂ ਉਹਨਾਂ ਦੀ ਸਾਰੀ ਵੈਰੀਫਿਕੇਸ਼ਨ ਫਾਈਨੈਂਸ਼ੀਅਲਸ ਨੂੰ ਲੈ ਕੇ, ਫੀਸ ਨੂੰ ਲੈ ਕੇ, ਔਰ ਇੰਟਰਵਿਊ ਉਹਨਾਂ ਨੇ ਕੰਡਕਟ ਕਰ ਹੀ ਲੈਣੀ ਹੈ। ਜੇ ਯੂਨੀਵਰਸਿਟੀ ਨੇ ਕਾਸ ਲੈਟਰ ਦਿੱਤਾ ਹੈ ਦੈਨ ਇਟ ਮੀਨਸ ਕਿ ਅੰਬੈਸੀ ਨੂੰ ਕੋਈ ਇਸ਼ੂ ਨਹੀਂ ਹੈ। ਬਟ 0.1% ਜੇ ਕਿਤੇ ਇੰਟਰਵਿਊ ਆਉਂਦਾ ਵੀ ਹੈ ਤਾਂ ਬੱਚਾ ਆਪਣੀ SOP ਤੋਂ ਪ੍ਰਪੇਅਰ ਰਹੇ ਦੈਨ ਉਹਦੇ ਵਿੱਚ, ਕਿਉਂਕਿ ਯੂਕੇ ਐਮਬੈਸੀ ਹਮੇਸ਼ਾ ਤੁਹਾਨੂੰ ਜੇ ਇੰਟਰਵਿਊ ਕੰਡਕਟ ਕਰਨਾ ਹੁੰਦਾ ਪਹਿਲਾਂ ਮੇਲ ਕਰਦੀ ਹੈ, ਉਹ ਸਕੈਡਿਊਲ ਕਰਦੀ ਹੈ ਪੂਰਾ ਪ੍ਰੋਪਰ ਕਿ ਤੁਹਾਡੀ 2 ਦਿਨ ਬਾਅਦ, 3 ਦਿਨ ਬਾਅਦ, 4 ਦਿਨ ਬਾਅਦ, ਇੰਨੇ ਵਜੇ ਇੰਟਰਵਿਊ ਹੈ। ਸੋ ਇੱਕ ਇਹ ਬੈਸਟ ਪਾਰਟ ਹੈ। ਬਟ ਹਜੇ ਇੰਟਰਵਿਊਜ਼ ਜੋ ਹੈ ਨੇ ਉਹ ਨਹੀਂ ਦੇਖਣ ਨੂੰ ਮਿਲ ਰਹੀਆਂ, ਕੁਛ ਪੁਰਾਣ ਲਾਸਟ 3-4 ਮਹੀਨੇ ਦੇ ਵਿੱਚ ਹਜੇ ਕੋਈ ਇੰਟਰਵਿਊਜ਼ ਨਹੀਂ ਆ ਰਹੀਆਂ ਜੇ ਬੱਚੇ ਦਾ ਪ੍ਰੋਫਾਈਲ। ਅੱਛਾ, ਕੈਨੇਡਾ ਦੇ ਵਿੱਚ ਤਾਂ ਜਿੱਦਾਂ GC ਤੁਹਾਨੂੰ ਉਹ ਮਿਲ ਜਾਂਦਾ ਰਾਈਟ, ਕਿ ਅਕਾਊਂਟ ਰਾਈਟ, ਤੇ ਉਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਐਮਏ ਅਕਾਊਂਟ ਹੋ ਗਿਆ, ਈਮੇਲ ਅਕਾਊਂਟ ਰਾਈਟ। ਇੱਥੇ ਯੂਕੇ ਦੇ ਵਿੱਚ ਕੀ ਸਿਸਟਮ ਹੈ ਕਿ ਪਤਾ ਕਿੱਦਾਂ ਲੱਗਿਆ ਵੀ ਮੇਰੀ ਪ੍ਰੋਫਾਈਲ ਦਾ ਕੀ ਸਟੇਟਸ? ਬੇਸਿਕਲੀ ਇਸ ਦੇ ਵਿੱਚ ਜਦੋਂ ਤੁਸੀਂ ਪ੍ਰੋਫਾਈਲ ਸਬਮਿਟ ਕਰਦੇ ਹੋ ਜੇ ਪ੍ਰਾਇੋਰਟੀ ਫੀਸਿਸ ਪੇ ਕੀਤੀਆਂ ਨੇ, ਤੁਹਾਡੀ ਇੱਕ ਈਮੇਲ ਆਈਡੀ ਹੁੰਦੀ ਹੈ ਜੋ ਕਨੈਕਟਡ ਹੁੰਦੀ ਹੈ ਤੁਹਾਡੇ ਪੋਰਟਲ ਦੇ ਨਾਲ। ਓਕੇ, ਦੈਨ 4-5 ਦਿਨਾਂ ਦੇ ਵਿੱਚ ਜੇ ਉਹਨਾਂ ਨੇ ਕੁਰੀਅਰ ਡਾਇਰੈਕਟ ਤੁਹਾਨੂੰ ਇਸ਼ੂ ਕੀਤਾ ਹੈ ਦੈਨ ਇਟ ਮੀਨਸ ਕਿ ਉਹਨਾਂ ਨੇ ਤੁਹਾਨੂੰ ਵੀਜ਼ਾ ਦਿੱਤਾ। ਠੀਕ ਹੈ। ਅੱਛਾ, ਇਹਦੇ 'ਚ ਤਾਂ ਚਲੋ ਆਪਸ਼ਨ ਹੈਗੀਆਂ ਵੀ ਤੁਸੀਂ ਨੋਰਮਲ ਪ੍ਰੋਸੈਸ ਵਿੱਚ ਜਾਣਾ ਪ੍ਰਾਇਰਟੀ ਜਾਂ ਫਿਰ ਤੁਹਾਨੂੰ ਹੋਰ ਜ਼ਿਆਦਾ ਜਿਹੜਾ ਹੈਗਾ ਪ੍ਰਾਇਰਟੀ ਬੇਸ ਦੇ ਉੱਤੇ ਰਾਈਟ। ਅਗਰ ਉਸ ਟਾਈਮ ਦੇ ਦਰਮਿਆਨ ਵੀ ਵੈਸੇ ਵੀਜ਼ਾ ਦੇ ਦਿੰਦਾ ਯੂਕੇ ਜਾਂ ਡਿਲੇ ਥੋੜਾ ਬਹੁਤ ਹੋ ਸਕਦਾ? ਨਹੀਂ, ਜੇ ਤੁਸੀਂ ਪ੍ਰਾਇਰਟੀ ਫੀਸ ਪੇ ਕੀਤੀ ਹੈ, ਜੇ ਤੁਸੀਂ 5-6 ਦਿਨ ਹੋ ਸਕਦੇ ਨੇ, ਦੈਨ ਇਸ ਤੋਂ ਵੱਧ ਡਿਲੇ ਅਸੀਂ ਕਿਸੇ ਬੱਚੇ ਦਾ ਨਹੀਂ ਦੇਖਿਆ। ਤੁਸੀਂ ਸੇਮ ਡੇ ਵੀ ਫੀਸ ਪੇ ਕਰ ਸਕਦੇ ਹੋ। ਸਪੋਜ਼ ਤੁਹਾਡੀ ਕੱਲ ਤੋਂ ਕਲਾਸਿਸ ਨੇ, ਤੁਸੀਂ 1 ਦਿਨ ਦੀ ਜੋ ਪ੍ਰਾਇਰਟੀ ਫੀਸ ਹੁੰਦੀ ਹੈ ਉਹ 1 ਲੱਖ ਰੁਪਏ ਚਾਰਜ ਕਰਦੇ ਨੇ, ਦੈਨ ਉਹ ਸੇਮ ਡੇ ਤੁਹਾਨੂੰ ਰਿਜ਼ਲਟ ਦਿੰਦੇ ਨੇ। ਤੁਸੀਂ ਅੱਜ ਫਾਈਲ ਸਬਮਿਟ ਕਰੋ, ਈਵਨਿੰਗ ਤੱਕ ਤੁਹਾਨੂੰ ਰਿਜ਼ਲਟ ਮਿਲ ਜਾਂਦਾ ਤੁਹਾਡੀ ਐਪਲੀਕੇਸ਼ਨ ਦੇ ਉੱਤੇ। ਬਟ ਮੋਸਟਲੀ ਸਾਰੇ ਬੱਚੇ ਜੋ ਪ੍ਰਾਇਰਟੀ ਫੀਸ ਹੈ ਉਹ 60,000 ਹੁੰਦੀ ਹੈ, ਉਹੀ ਪੇ ਕਰਦੇ ਨੇ ਕਿ 5 ਦਿਨਾਂ ਦੇ ਵਿੱਚ ਬੱਚੇ ਕੋਲ ਪਾਸਪੋਰਟ ਆ ਜਾਂਦਾ। 5-6 ਦਿਨ ਹੋ ਸਕਦੇ ਨੇ, ਉਹ ਵੀ ਵਿੱਚ ਕੋਈ ਛੁੱਟੀ ਆ ਗਈ ਜਾਂ ਕੁਛ ਅਦਰਵਾਈਜ਼ ਕੋਈ ਏਦਾਂ ਦਾ ਡਿਲੇ ਦੇਖਣ ਨੂੰ ਨਹੀਂ ਮਿਲਿਆ। ਬਹੁਤ ਐਪਲੀਕੇਸ਼ਨਸ ਨੇ, ਏਦਾਂ ਨਹੀਂ ਹੈ ਕਿ ਯੂਕੇ ਦੇ ਕੋਲ ਐਪਲੀਕੇਸ਼ਨਸ ਨਹੀਂ ਗੀਆਂ, ਬਟ ਉਹ ਬਹੁਤ ਜਲਦੀ ਥਰੂ ਕਰ ਰਹੇ ਨੇ। ਪ੍ਰੋਸੈਸਿੰਗ ਉਹਨਾਂ ਦੀ ਬਹੁਤ ਫਾਸਟ ਹੈ ਐਜ਼ ਕੰਪੈਰੀਟਿਵਲੀ ਬਾਕੀ ਕੰਟਰੀਜ਼। ਜੀ, ਤੇ ਈਜ਼ੀਲੀ ਜਿਹੜੇ ਸਾਡੇ ਦਰਸ਼ਕ ਨੇ ਜੀ, ਜਿਹੜੇ ਹੁਣ ਯੂਕੇ ਜਿਨ੍ਹਾਂ ਨੇ ਸਟੂਡੈਂਟ ਵੀਜ਼ਾ ਦੇ ਉੱਪਰ ਵੀ ਜਾਣਾ ਆਪਣੇ ਸਪਾਊਸ ਦੇ ਨਾਲ, ਤੁਹਾਡੇ ਵਾਸਤੇ ਬਹੁਤ ਵਧੀਆ ਮੌਕਾ ਕਿ ਤੁਸੀਂ ਯੂਕੇ ਜ਼ਰੂਰ ਇੱਕ ਵਾਰੀ ਕੋਸ਼ਿਸ਼ ਕਰੋ ਜੀ ਅਪਲਾਈ ਕਰਨ ਦੀ। ਸੋ ਦੇਰੀ ਨਾ ਕਰਿਆ ਕਰੋ, ਨਾਲ ਦੇ ਨਾਲ ਅਪਲਾਈ ਕਰ ਲਿਆ ਕਰੋ, ਇਨਟੇਕ ਜਾਣ ਲਿਆ ਕਰੋ। ਸੋ ਇਨਟੇਕ ਮੇਰੇ ਖਿਆਲ ਦੇ ਵਿੱਚ ਤੁਸੀਂ ਜ਼ਿਆਦਾ ਬੈਟਰ ਦੱਸ ਸਕਦੇ ਹੋ ਕਿਹੜਾ ਇਸ ਵੇਲੇ ਚੱਲ ਰਿਹਾ ਜਿਹਦੇ ਵਿੱਚ ਐਡਮਿਸ਼ਨ ਪੋਸੀਬਲ। ਮਈ ਇਨਟੇਕ ਹੈ ਜੀ, ਮਈ ਦੇ ਵਿੱਚ ਇਹ ਹੈ ਕਿ ਬਹੁਤ ਲਿਮਿਟਿਡ ਸੀਟਸ ਹੁੰਦੀਆਂ, ਲਿਮਿਟਿਡ ਕੋਰਸਿਸ ਹੁੰਦੇ ਨੇ, ਸਾਰੇ ਕੋਰਸਿਸ ਨਹੀਂ ਅਵੇਲੇਬਲ ਹੁੰਦੇ। ਬਟ ਇਹ ਹੈ ਕਿ ਸਪਟੰਬਰ ਦੇ ਲਈ ਸਾਰੇ ਕੋਰਸਿਸ ਅਵੇਲੇਬਲ ਹੈ ਨੇ, ਜੇ ਕਿਸੇ ਬੱਚੇ ਨੇ
मकैनिकल जाना है जां कोई भी फील्ड नू लेके जाना है देन सितंबर और अदरवाइज जे किसी ने एमबीए जाना है देन उन्हां लई ऑप्शंस हजे भी मई दे लई अवेलेबल है ने जां बिजनेस प्रोग्राम नू लेके जे किसी बच्चे ने अप्लाई करना है ओ मई दे लई चलो कॉलर भी ले लेने नाल देना हेलो हेलो हां जी थोड़ी ना आवाज बहुत कट रही है जी सो तुसी दोबारा कॉल कर सकते हो काइंडली क्योंकि आवाज़ सानू प्रॉपर थोड़ी नहीं आई जी देश परदेश लाइव प्रोग्राम देख रहे हो आज थोड़ी जी दिक्कत नैटवर्क दे विच बट साडी कोशिश जी जिन्ने भी साडे दर्शक साडे नाल जुड़नगे तुहानू सारयां नू कॉल बैक नाल दे नाल आ जाएगी जी जिद्दां ही शो खत्म हुंदा तुसी कोशिश करदे रहो जी कॉल करन दी सो मिस्टर बनी ने साडे नाल फ्यूचर विंग तो साडे अज दे स्टडी वीजा एक्सपर्ट यूके दी गल कीती उत्थे आस्ट्रेलिया रिजल्ट्स आ रहे ने अगर डिले भी आ रहे ने बट पॉजिटिव आ जाण मेरे ख्याल दे विच ओह इक किसे नाल अच्छे तरीके ना प्रेजेंट होया वे रिजल्ट आज भी आ रहे ने चाहे वो डिले नाल आ रहे ने देखो बेसिकली जे उन्होंने वेरीफाई कुछ करना है जा इंटरव्यू भी कंडक्ट कर रहे ने देन इट मीन्स दे आर इंटरेस्टेड जे बट वो वेरीफाई होना चाहिए जे इंटरव्यू कॉल आया देन उन्हें आपा क्लीयर कर दांगे देन जो उन्हें दे डाउट्स ने जे आपा उन्हें क्लीयर कर दांगे रिजल्ट क्यों नहीं देंगे उन्होंने कहा ऑस्ट्रेलिया बैन ही करता कि असी वीजा नहीं देना थोड़ी प्रोफाइल अच्छी है प्रॉपर वे दे विच प्रेजेंट हुई भी है एसओपी अच्छे तरीके नाल लगी है फाइनेंशियल्स लगे हुए ने रिजल्ट आऊगा चाहे वो लेट आवे बट पॉजिटिव ही आऊगा सो डिपेंड करता है अकॉर्डिंग टू प्रोफाइल भी किदां दा रिजल्ट आऊगा एंड किदां दा अगे आपां कोर्स भी चूज कीता है सपोज आपां कुछ प्रोफाइल्स पहला भी डिस्कस करदे आ बच्चा एलिजिबल है डायरेक्ट बैचलर्स देन उन्हां नूं डिप्लोमा लीडिंग टू बैचलर डिग्री दे दंदे देन ए इशूज है ने कि इन्हां दे विच रिजल्ट पॉजिटिव आउण दे चांसेस थोड़े घट रह जांदे और प्लस जे किसी बच्चे दे डायरेक्ट मास्टर्स दे लिए एलिजिबल है किते ग्रेड सर्टिफिकेट लग गया देन वो फिर इशू आएगा बच्चे जी सो चलो ऐसे तो पर्टिकुलर है ना ऑस्ट्रेलिया अपने रूल्स नो लेके या जो भी उन्होंने अपना क्राइटेरिया रखा हुआ स्टूडेंट्स दे वास्ते भी अगर यू आर जेन्युइन तो असीं वीजा देना ही देना है उन्होंने कदे थानू निगलैक्ट नहीं किया राइट बट उत्थे कंपैरेटिवली कैनेडा दिस टाइम ए हुण मेरे ख्याल दे विच जाके होया एक अद्धे साल दे विच कि चाहे प्रोफाइल जिन्नी भी वधिया सी वीज़ा दिता नहीं दिता या नॉन एसडीएस नु देना या नहीं देना मीन्स थोड़ा जा कॉम्प्लिकेटेड हो गया इस बारे मैं बेसिकली देखो नॉन एसडीएस ता बिल्कुल क्लियर है वो रिजल्ट देता ही नहीं गा उन्होंने देन ओदे विच ता कोई डाउट ही नहीं है कि रिजल्ट उन्होंने पॉजिटिव उनु देना सी या नहीं देना सी उन्होंने नेगेटिव ही देना सी देन वो सारे रिजल्ट ही नेगेटिव आए ने प्लस जे कोई बच्चा एस डी एस दे विच रिफ्यूजल आईयां ने पहला भी आ जांदियां सी इस दे विच कोई इशू नहीं है बट ये कि पहला जो हुंदा सीगा ओह 100 च इक अद्धी प्रोफाइल दे विच कितें गलती हुंदी सी मैं ओही कह रही रेशियो इस वारी बहुत ज्यादा हो गया पॉजिटिव आ जांदा बट जैन इनटेक दे विच बहुत अच्छी अच्छी प्रोफाइल्स ने जो रिफ्यूज होईयां ने बट ओह अच्छे तरीके नाल दोबारा प्रोफाइल प्रेजेंट करन अपनी कोर्स बदलन वल नूं ना जाण ठीक है ना ਪਹਿਲਾਂ ਆਹ ਕੋਰਸ ਕੀਤਾ ਬਿਜ਼ਨਸ ਕੀਤਾ ਦੈਨ ਅਕਾਊਂਟਿੰਗ ਦੇ ਵਿੱਚ ਵੀ ਚਲੇ ਗਏ ਸਪੈਸ਼ਲਾਈਜੇਸ਼ਨ ਵੀ ਚੇਂਜ ਕਰੋਗੇ ਉਸ ਦੇ ਵਿੱਚ ਵੀ ਪ੍ਰੋਬਲਮ ਆਊਗੀ ਸੋ ਕਾਲਜਿਸ ਚੇਂਜ ਕਰ ਸਕਦੇ ਹੋ ਸਕਦਾ ਇਨਟੇਕ ਹੀ ਅਵੇਲੇਬਲ ਨਹੀਂ ਹੈ ਬਟ ਕੋਰਸਿਸ ਆਪਣਾ ਇੱਕੋ ਸਟੱਕ ਰਹੋਗੇ ਉਹਦੇ ਤੇ ਤਾਂ ਹੀ ਰਿਜ਼ਲਟ ਪੋਜ਼ਿਟਿਵ ਆਉਣੇ ਨੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕੈਨੇਡਾ ਦੇ ਵਿੱਚ ਹਮੇਸ਼ਾ ਚਾਹੇ 3 ਰਿਫਿਊਜ਼ਲ 4 ਰਿਫਿਊਜ਼ਲ 5 ਰਿਫਿਊਜ਼ਲ ਉਹਨਾਂ ਦੇ ਵੀ ਵੀਜ਼ਾਸ ਆਏ ਨੇ ਬਾਕੀ ਆਸਟ੍ਰੇਲੀਆ ਦੇ ਵਿੱਚ ਥੋੜਾ ਧਿਆਨ ਨਾਲ ਪ੍ਰੋਫਾਈਲ ਸਬਮਿਟ ਕਰੋ हो सकता थोड़ा वेट करके सबमिट करो कि रिजल्ट पॉजिटिव आने शुरू हो जाए कुछ ट्रेंड दे विच चेंज हो गए बट आज दे टाइम दे विच स्लो जरूर है पॉजिटिव वही बच्चों का जिन्हों का प्रोफाइल अच्छे तरीके ना प्रेजेंट होया एंड प्रोफाइल अच्छा है अगर किते कोई ऑथेंटिक डॉक्यूमेंट नहीं होगा दैन उहदा रिफ्यूजल तो आना ही है उहदे विच कोई डाउट नहीं है जी ऑस्ट्रेलिया इनटेक केड़ा है ते स्टूडेंट दी किद्दां दी प्रोफाइल जिहड़ी हैगी आ तुसी देख रहे हो कि हां जी जिहनूं एक्सेप्ट करोगे भी हां जी इहनूं आपां एक्सेप्ट कर सकदे बेसिकली देखो अगर आपां क्रीम प्रोफाइल दी गल करदे आ 21 पास आउट चल जाएगा ओके नेक्स्ट सेशन वाले बच्चे भी आउणगे क्योंकि 21 पास आउट बेस्ट
सीबीएसई बोर्ड वाले बच्चे होंगे चाहे स्टेट बोर्ड ने, सानू कोई इशू नहीं है कि हरियाणा पंजाब का रिजल्ट नहीं आ रहा, इदा का कोई दिक्कत नहीं है। परसेंटेज 60 अबव होगी बैटर है, 6 इन ईच होंगे, डायरेक्ट बैचलर्स ले जाओगे, नहीं डिप्लोमा लीडिंग टू बैचलर डिग्री है। सो फाइनैशियल अच्छे तरीके लगाओ, जरूरी नहीं है कि जो फाइनैशियल ने आप किसी फाइनैंसर तो ही कराने, हो सकता अपने घर के भी फंडिंग हो। मेरे को किन्ने बच्चे मिल के जाते हैं, उन्होंने किसी रिलेटिव को भी फंडिंग निकल आती है, तो सोर्सिज होंगे ने उन्हों को, शायद उन्होंने खुद लैक ऑफ नॉलेज करके हो सकता कि उन्होंने ये कन्फर्म नहीं होंगे कि यह फंडिंग लगेगी कि नहीं लगेगी। तो थर्ड पार्टी फंडिंग भी लगा सकते हो, कुछ परसेंटेज होंगी है कि 30% कोई भी थोड़ा रिलेटिव लगा लूगा, प्लस कुछ फंडिंग तुसी रीसेंट भी दे सकते हो, जरूरी नहीं है सारी फंडिंग ही थोनू पुरानी चाहिए है। एजुकेशन लोन एक ऑप्शन है, बच्चा एजुकेशन लोन ले सकता है, लोन अगेंस्ट प्रॉपर्टी मिल जाता है। सो ऑप्शंस बहुत ज्यादा होंदिया ने, उस अकॉर्डिंग भी बच्चा अप्लाई कर सकता है। कुछ सैलरी अकाउंट है उसके उत्ते लोन मिल जाते हैं, परसनल लोन है वो भी एलिजिबल है बच्चा। सो देखो इंटरस्ट तुसी किसी फाइनेंसर नु भी दोगे, इट्स बेटर कि थोड़े जो डॉक्यूमेंट्स ने वो ऑथेंटिक, वैसे ही ਜੇ ਤੁਸੀਂ ਕਿਸੇ ਬੈਂਕ ਤੋਂ ਲੋਨ ਲੈ ਲੈਂਦੇ ਹੋ ਦੈਨ ਉਹ ਇੱਕ ਜੈਨੂਇਨ ਵੇ ਬਣ ਜਾਂਦਾ ਹੈ ਜੀ। ਸੋ ਇੱਕ ਲਾਸਟ ਕੈਨੇਡਾ ਨੂੰ ਲੈ ਕੇ ਵੀ, ਹੁਣ ਇਨਟੇਕ ਸੈਪਟੈਂਬਰ ਦੀਆਂ ਲੈ ਰਹੇ ਹੋ ਐਡਮਿਸ਼ਨਸ? ਬੇਸਿਕਲੀ ਸੈਪਟੈਂਬਰ ਦੀਆਂ ਜੋ ਐਡਮਿਸ਼ਨਸ ਨੇ ਫਾਰ ਕੈਨੇਡਾ, ਕੁਝ ਕਾਲਜਸ ਲਿਮਿਟਿਡ ਆਪਸ਼ਨਸ ਹੀ ਅਵੇਲੇਬਲ ਨੇ। ਕੈਂਬਰੀਅਨ ਓਪਨ ਹੋਇਆ ਸੀ, ਦੈਨ ਉਹ ਵੀ ਕਲੋਜ਼ ਹੋ ਚੁੱਕਿਆ। ਜੋ ਜੀਟੀਏ ਏਰੀਆ ਹੈ ਉਹ ਆਲਮੋਸਟ, ਯਾਨੀ ਸੈਪਟੈਂਬਰ ਦੀਆਂ ਵੀ ਕਲੋਜ਼, ਤੁਸੀਂ ਕਹਿ ਰਹੇ ਹੋ, ਕਹਿਣ ਦਾ ਮਤਲਬ ਜੀ ਕੁਝ ਡਰਹਮ ਕਾਲਜ ਜਿੱਦਾਂ ਹੋ ਗਿਆ, ਕਾਨਸਟੋਗਾ ਹੋ ਗਿਆ, ਕੁਝ ਲਿਮਿਟਿਡ ਪ੍ਰੋਗਰਾਮ ਪਏ ਨੇ, ਦੈਨ ਤੁਸੀਂ ਇੱਕ ਵਾਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਉਸ ਅਕੋਰਡਿੰਗ ਤੁਹਾਨੂੰ ਜੇ ਤੁਹਾਡੇ ਕੋਰਸਿਸ ਦੇ ਅਕੋਰਡਿੰਗ ਕੁਝ ਰੈਲੀਵੈਂਸੀ ਦੇ ਵਿੱਚ ਅਸੀਂ ਪ੍ਰੋਗਰਾਮ ਦੇ ਸਕਦੇ ਹਾਂ, ਦੈਨ ਉਹ ਤੁਹਾਨੂੰ ਆਪਸ਼ਨਸ ਪ੍ਰੋਵਾਈਡ ਕਰ ਦਾਂਗੇ। ਬਟ ਜੀ ਟੀ ਏ ਏਰੀਏ ਦੇ ਵਿੱਚ ਇਸ ਟਾਈਮ ਦੇ ਵਿੱਚ ਆਪਸ਼ਨਸ ਅਵੇਲੇਬਲ ਨਹੀਂ ਗੀਆਂ, ਕਿਉਂਕਿ ਅੱਜ ਮਾਰਨਿੰਗ ਦੇ ਵਿੱਚ ਵੀ ਕੁਝ ਸੈਂਟ ਲਾਰੈਂਸ ਅਲਫਾ ਜੋ ਕਾਲਜ ਹੈ ਉਸਦੇ ਜੋ ਬੱਚੇ ਹੈ ਨੇ ਉਹਨਾਂ ਦਾ ਜੇ ਮਈ ਇਨਟੇਕ ਸੀ, ਉਹਨਾਂ ਨੇ ਡੈਫਰ ਕਰਨ ਨੂੰ ਕਿਹਾ ਫੋਰ ਸਪਤੰਬਰ ਔਰ ਜੈਨ। ਔਰ ਜੋ ਸਪਤੰਬਰ ਆਲਰੇਡੀ ਸੀ, ਜਿਨ੍ਹਾਂ ਦੀ ਫਾਈਲ ਅਜੇ ਸਬਮਿਟ ਵੀ ਨਹੀਂ ਹੋਈ, ਉਹਨਾਂ ਨੂੰ ਵੀ ਮੇਲ ਆ ਚੁੱਕੀ ਹੈ ਕਿ ਤੁਸੀਂ ਜੈਨ ਦੇ ਲਈ ਡੈਫਰ ਕਰੋ। ਸੋ ਅਸੀਂ ਫਰਵਰੀ ਮਾਰਚ ਵਿੱਚ ਅਪਲਾਈ ਕੀਤਾ ਵੀ ਚਲੋ ਮੇ ਮਿਲ ਜਾਏਗਾ, ਬਟ ਮੇ ਵਾਲੇ ਤਾਂ ਪਹਿਲਾਂ ਹੀ ਕਹਿ ਰਹੇ ਵੀ ਤੁਸੀਂ ਸਪਤੰਬਰ ਦੇ ਵਿੱਚ ਜਾਓ, ਮਈ ਵਾਲੇ ਸਪਤੰਬਰ ਐਂਡ ਸਪਤੰਬਰ 'ਚ ਜਿਨ੍ਹਾਂ ਦੀਆਂ ਹਜੇ ਫੀਸਿਸ ਹੀ ਬੱਚਿਆਂ ਨੇ ਪੇ ਕੀਤੀਆਂ ਨੇ, ਕੁਛ ਨੇ ਨਹੀਂ ਵੀ ਕੀਤੀਆਂ ਹੋਣੀਆਂ, ਉਹਨਾਂ ਨੂੰ ਵੀ ਡੈਫਰਮੈਂਟ ਦਾ ਆ ਚੁੱਕਿਆ ਕਿ ਜਾਂ ਤਾਂ ਤੁਸੀਂ ਨੈਕਸਟ ਜੈਨ ਔਰ ਅਦਰਵਾਈਜ਼ ਤੁਸੀਂ ਰਿਫੰਡ ਪਾ ਸਕਦੇ ਹੋ। ਔਰ ਉਹਨਾਂ ਦਾ ਕਿੰਗਸਟਨ ਕੈਂਪਸ ਹੈ, ਉਸਦੇ ਵਿੱਚ ਆਪਣੀ ਜੋ ਐਡਮਿਸ਼ਨ ਆ ਉਹਨੂੰ ਮੂਵ ਕਰ ਸਕਦੇ ਜੀ। ਸੋ ਯਾਨੀ ਕਿ ਕਾਫੀ ਲੇਟ ਸਾਡੇ ਸਟੂਡੈਂਟ ਚੱਲ ਰਹੇ ਨੇ ਜੀ, ਕਹਿਣ ਦਾ ਮਤਲਬ। ਸੋ ਜਲਦੀ ਦੇ ਨਾਲ ਆਪਣੀ ਐਡਮਿਸ਼ਨ ਤੁਸੀਂ ਹੁਣੇ ਹੀ ਕਰਵਾ ਸਕਦੇ, ਯਾਨੀ ਕਿ ਐਡਵਾਂਸ ਬੁਕਿੰਗ ਕਰਵਾਇਆ ਕਰੋ, ਕਹਿਣ ਦਾ ਮਤਲਬ। ਸੋ ਦੇਸ ਪਰਦੇਸ ਲਾਈਵ ਪ੍ਰੋਗਰਾਮ ਜੀ, ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਮਿਸਟਰ ਬਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਸੋ ਇਸੇ ਦੇ ਨਾਲ ਜੀ ਦਿਓ ਇਜਾਜ਼ਤ, ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ। ਦੇਸ ਪਰਦੇਸ ਲਾਈਵ ਪ੍ਰੋਗਰਾਮ ਵੇਖਦੇ ਰਹਿ ਕਰੋ, ਧੰਨਵਾਦ।